ਅਸੈਂਬਲੀ ਹਲਕਾ ਕਾਦੀਆਂ ਦੇ ਦੋ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਹੁਦੇਦਾਰ ਸਨ, ਉਹਨਾਂ ਨੇ ਅੱਜ ਸਮੂਹਿਕ ਤੌਰ 'ਤੇ 31 ਬੰਦੇ ਨੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਾਈਕਮਾਂਡ ਤੋਂ ਲੈ ਕੇ ਜ਼ਿਲ੍ਹੇ ਦੇ ਅਹੁਦੇਦਾਰ ਨੇ, ਸਰਕਲ ਦੇ ਅਹੁਦੇਦਾਰ ਨੇ, ਜਿਹੜੇ ਇਹਨਾਂ ਵਿੱਚ 7-8 ਆਪਣੇ ਸੰਮਤੀਆਂ ਦੇ ਮੈਂਬਰ ਨੇ ਅਤੇ ਕੁਝ ਜਿਹੜੀਆਂ ਬੋਰਡ ਬਣਾਏ ਸੀ ਪਿਛਲੀ ਸਰਕਾਰ ਵੇਲੇ ਉਹਨਾਂ ਦੇ ਡਾਇਰੈਕਟਰ ਨੇ, ਸਾਰੇ ਦੇ ਸਾਰੇ ਹੀ ਜਿਹੜੀਆਂ ਮੁਅੱਜ਼ਜ਼ ਹਸਤੀਆਂ, ਨਾਮਵਰ ਹਸਤੀਆਂ ਨੇ, ਜਿਨ੍ਹਾਂ ਨੇ ਅੱਜ ਮਨ ਬਣਾਇਆ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਜਿਹੜਾ ਉਹਨੂੰ ਅਸੀਂ ਜੁਆਇਨ ਕਰ ਰਹੇ ਹਾਂ। 2 ਸਾਲ ਪਹਿਲਾਂ ਨਿਹਰੇ ਐਲਾਨ ਨਹੀਂ ਕੀਤੇ, ਗੁਟਕਾ ਸਾਹਿਬ ਹੱਥ 'ਚ ਪੜ ਕੇ ਕਸਮ ਖਾਧੀ ਅਤੇ ਕਿਹਾ ਕਿ ਮੈਂ ਤਲਵੰਡੀ ਸਾਬੋ ਵੱਲ ਨੂੰ ਮੂੰਹ ਕਰਕੇ ਅਤੇ ਗੁਟਕਾ ਸਾਹਿਬ ਨੂੰ ਇਸ ਤਰ੍ਹਾਂ ਆਪਣੇ ਮੱਥੇ ਨਾਲ ਲਾ ਕੇ ਸੌਂ ਖਾਧੀ ਕਿ ਮੈਂ ਜਿਹੜਾ ਨਸ਼ਾ ਵਾ ਉਹ 4 ਹਫ਼ਤਿਆਂ ਦੇ ਵਿੱਚ ਵਿੱਚ ਪੰਜਾਬ 'ਚੋਂ ਕਰੂੰਗਾ, ਮੈਂ ਬੱਚਿਆਂ ਨੂੰ ਸਮਾਰਟਫੋਨ ਦਿਆਂਗਾ, ਮੈਂ ਪੈਨਸ਼ਨ ਜਿਹੜੀ ਆ ਬੁਢਾਪਾ 2500 ਕਰ ਦਿਆਂਗਾ, ਮੈਂ ਕਿਸਾਨਾਂ ਦੇ ਸਾਰੇ ਕਰਜ਼ੇ ਮਾਫ਼ ਕਰ ਦਿਆਂਗਾ। ਕਿੰਨੇ ਵਾਅਦੇ ਕੀਤੇ ਲੇਕਿਨ ਇੱਕ ਵੀ ਵਾਅਦਾ ਉਹਦੇ ਕੋਲ ਪੂਰਾ ਨਹੀਂ ਹੋਇਆ। ਅੱਜ ਜੋ ਰਾਹੁਲ ਗਾਂਧੀ ਕਹਿ ਰਿਹਾ ਆ ਕਿ ਮੈਂ ਇੰਨੇ 1000 ਰੁਪਈਆ ਹਰ ਇੱਕ ਨੂੰ ਦੇਵਾਂਗਾ, ਪਹਿਲੀ ਗੱਲ ਇਹ ਆਪਣੇ ਸੰਭਵ ਹੀ ਨਹੀਂ ਹੈ, ਇੰਨੇ ਪੈਸੇ ਕੋਈ ਬਜਟ 'ਚ ਵਿਵਸਥਾ ਹੀ ਨਹੀਂ ਹੋ ਸਕਦੀ। ਇਹ ਲੋਕਾਂ ਨਾਲ ਫਰਾਡ ਆ ਔਰ ਇਹ ਝੂਠ ਆ, ਫਰੇਬ ਆ, ਲੋਕਾਂ ਨੂੰ ਇਹ ਐਲਾਨਾਂ 'ਤੇ ਧਿਆਨ ਨਹੀਂ ਦੇਣਾ।